ਦੇਖੋ ਜੀ, ਸਾਡਾ ਬੱਚਾ ਛੋਟਾ ਜਿਹਾ ਅਤੇ ਇਹ ਨਾਬਾਲਗ ਬੱਚਾ 16 ਸਾਲ ਦਾ ਸਾਡਾ ਲੜਕਾ, ਅਤੇ ਜਿਹੜਾ ਗਿਰੀਸ਼ ਹੈ ਜੀ ਅਗਰਵਾਲ, ਅਤੇ ਉਹ ਵੀ ਸਾਡੇ ਇੱਕ ਤਰ੍ਹਾਂ ਘਰ ਦਾ ਫੈਮਿਲੀ ਮੈਂਬਰ ਬਣ ਲਿਆ। ਫੈਮਿਲੀ ਮੈਂਬਰ ਬਣ ਕੇ ਅਤੇ ਸਾਡੇ ਉਹ ਕਹਿੰਦਾ ਕਿ ਮੇਰੀ ਜਿੰਮ ਹੈ, ਅਤੇ ਅੱਜ ਜਿਹੜਾ ਤੁਹਾਡਾ ਲੜਕਾ ਇਹ ਐਵੇਂ ਕੋਲਜ ਤੋਂ ਆ ਕੇ ਬਾਅਦ 'ਚ ਅਵਾਰਾ ਫਿਰਦਾ ਕਰਦਾ, ਅਤੇ ਮੇਰੇ ਕੋਲ ਜਿੰਮ 'ਤੇ ਇਹਨੂੰ ਬਿਠਾ ਦਿਆ ਕਰੋ, ਪਾਰਟ ਟਾਈਮ ਮੈਂ ਇਹਨੂੰ ਨੌਕਰੀ ਦੇ ਪੈਸੇ ਇਹਨੂੰ ਦੇ ਦਿਆ, ਤਨਖਾਹ ਦਿਆ ਕਰੂੰਗਾ। ਅਤੇ ਅਸੀਂ ਕਿਹਾ ਚੱਲ ਬੱਚਾ ਆਪਣੇ ਅਵਾਰਾ ਫਿਰਦਾ ਕਰਦਾ, ਚੱਲ ਤੂੰ ਜੇ ਪਾਰਟ ਟਾਈਮ ਉਹਦੀ ਜਿੰਮ 'ਚ ਨੌਕਰੀ ਕਰ ਲਿਆ ਕਰ। ਅਤੇ ਉਹ ਨੌਕਰੀ ਕਰਨ ਦੇ ਚੱਕਰ ਦੇ ਵਿੱਚ ਚਲਾ ਗਿਆ, ਅਤੇ ਮੈਨੂੰ ਕਹਿੰਦਾ ਕਿ ਮੇਰੇ ਪਾਪਾ ਹੈ ਨਹੀਂ ਗੇ, ਤੁਸੀਂ ਮੇਰੇ ਪਾਪਾ ਵਰਗੇ ਆ, ਅਤੇ ਇਹ ਮੇਰਾ ਛੋਟਾ ਭਰਾ ਆ, ਤੁਸੀਂ ਮੇਰੇ 'ਤੇ ਵਿਸ਼ਵਾਸ ਕਰੋ, ਅਤੇ ਇਹ ਮੈਂ ਆਪਣੇ ਛੋਟੇ ਭਰਾ ਵਾਂਗੂ ਇਹਨੂੰ ਰੱਖੂੰਗਾ, ਇਹਨੂੰ ਜੋ ਚੀਜ਼ ਦੀ ਲੋੜ ਪਈ ਮੈਂ ਉਹਨੂੰ ਦਊਂਗਾ। ਹਾਂਜੀ, ਗਿਰੀਸ਼ ਨੇ, ਅਤੇ ਇਹ ਸਰਦੀ ਦੀ ਗੱਲ ਹੈ ਜੀ, ਸਰਦੀ 'ਚ ਦੁਸਹਿਰੇ ਵਿੱਚ ਰਾਮਲੀਲਾ ਦੇ ਵਿੱਚ ਇਹਨੇ ਰੋਲ ਕੀਤਾ, ਅਤੇ ਗਿਰੀਸ਼ ਉੱਥੇ ਦਾ ਪ੍ਰਧਾਨ ਸੀਗਾ ਰਾਮਲੀਲਾ ਦੇ, ਅਤੇ ਉਹ ਤੋਂ ਬਾਅਦ ਫਿਰ ਇਹ ਦੋਨੇ ਆਪਸ 'ਚ ਇਹਨਾਂ ਦੀ ਫਿਰ ਦੋਸਤੀ ਬਣ ਗਈ, ਫਿਰ ਉਹਦੀ ਜਿੰਮ ਦੇ ਵਿੱਚ ਨੌਕਰੀ ਲੱਗ ਗਈ, ਫਿਰ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਜੀ। ਇਹ ਮੈਂ ਅੱਜ ਹੀ ਦੇਖੀ ਜੀ, ਅੱਜ ਹੀ ਪਤਾ ਲੱਗਾ ਮੈਨੂੰ, ਅਤੇ ਬਾਕੀ ਹੈ ਇਹ ਨਵੇਂ ਸਾਲ ਵਾਲੇ ਦਿਨ ਦਾ, ਨਵੇਂ ਸਾਲ ਵਾਲੇ ਦਿਨ ਇਹਨਾਂ ਦੇ ਇਹ ਕਾਂਡ ਹੋਇਆ ਜੀ। ਪੁਲਿਸ ਵਾਲੇ ਇਹੀ ਕਹਿੰਦੇ ਕਿ ਜੋ ਦੋਸ਼ੀ ਹੈ ਉਹਨੂੰ ਸਜ਼ਾ ਦਿੱਤੀ ਜਾਊਗੀ, ਅਤੇ ਪਰ ਇਹ ਕਹਿੰਦੇ ਕੇਸ ਉੱਥੇ ਗਾਂ ਅੱਗੇ ਜਲੰਧਰ ਪਾਈ ਕਿਹੜੀ ਚੌਂਕੀ ਦਾ ਦੱਸਦੇ, ਉੱਥੇ ਕਹਿੰਦੇ ਤੁਹਾਨੂੰ ਜਾਣਾ ਪਊਗਾ ਜੀ। ਹਾਂਜੀ, ਉੱਥੋਂ ਅਸੀਂ ਅੱਗੇ ਤੁਹਾਨੂੰ ਭੇਜ ਰਹੇ ਹਾਂ। ਹਾਂਜੀ, ਅਸੀਂ ਇਹੀ ਚਾਹੁੰਦੇ ਹਾਂ ਕਿ ਪਰਚਾ ਜਿਹੜਾ ਇੱਥੇ ਅਸੀਂ ਲੋਕਲ ਇੱਥੇ ਸ਼ਹਿਰ ਦੇ ਹਾਂ, ਅਤੇ ਕਰਤਾਰਪੁਰ ਹੀ ਸਾਨੂੰ ਮੇਨ ਲੋ ਪੈਂਦਾ ਹੈ, ਇੱਥੇ ਕੋਈ ਵੀ ਕਾਰਵਾਈ ਹੈ ਕਰਤਾਰਪੁਰ 'ਚ ਹੋਣੀ ਚਾਹੀਦੀ ਹੈ ਜੀ। ਗਿਰੀਸ਼ ਜਿਹੜਾ ਹੈਗਾ ਆ ਉਹ ਇਸ ਵਕਤ ਤੁਹਾਡਾ ਉਹਦੀ ਦੁਬਾਰਾ ਗੱਲਬਾਤ ਹੋਈ ਹੈ, ਜਦੋਂ ਇਹ ਚੀਜ਼ ਤੁਹਾਡੇ ਸਾਹਮਣੇ ਆਈ ਕਿ ਤੁਹਾਡੇ ਬੱਚੇ ਨਾਲ ਇਸ ਤਰ੍ਹਾਂ ਦਾ ਦੁਸ਼ਕਰਮ? ਹਾਂਜੀ, ਅੱਜ ਸਵੇਰੇ ਮੇਰੇ ਨਾਲ ਨਿਸ਼ੇ ਭਾਅ ਜੀ ਉਹਨਾਂ ਦੀ ਦੁਕਾਨ 'ਤੇ ਉਹਨੇ ਫੋਨ ਕਰਕੇ ਬੁਲਾਇਆ ਸੀਗਾ, ਉੱਥੇ ਇਹੀ ਮੈਨੂੰ ਇਸ ਬਾਰੇ ਨਹੀਂ ਪਤਾ ਸੀ ਕਿ ਵੀਡੀਓ ਦੇ ਵਿੱਚ ਇਹ ਕੰਮ ਹੋਇਆ ਹੈ, ਅਤੇ ਅਸੀਂ ਇਹੀ ਕਹਿੰਦੇ ਸੀਗੇ ਕਿ ਚਲੋ ਇਹ ਦੋਨੇ ਆਪਸ ਦੇ ਵਿੱਚ ਪਹਿਲਾਂ ਉੱਥੇ ਜਿੰਮ ਦੇ ਵਿੱਚ ਰਹਿੰਦਾ ਸੀ, ਬਾਅਦ 'ਚੋਂ ਇਹ ਲੜਾਈ ਝਗੜਾ ਕੋਈ ਆਪਸ ਦੇ ਵਿੱਚ ਇਹਨਾਂ ਦਾ, ਅਤੇ ਇਹ ਇੱਥੇ ਤੱਕ ਨਹੀਂ ਪਤਾ ਸੀ ਕਿ ਮਤਲਬ ਗਲਤ ਕੰਮ ਹੋਇਆ ਪਿਆ। ਗਿਰੀਸ਼ ਕਿ ਅਸੀਂ ਹੈਗੇ ਭਾਅ ਜੀ ਮਿਹਨਤ ਮਜ਼ਦੂਰੀ ਵਾਲੇ, ਅਸੀਂ ਇਹ ਲੜਾਈ ਝਗੜੇ ਹੋਏ ਪੁਲਿਸ ਵਾਲੇ ਇਹਨਾਂ 'ਤੇ ਅਸੀਂ ਡਰਦੇ ਹਾਂ। ਅਸੀਂ ਇਹੀ ਸੀਗਾ ਕਿ ਚੱਲ ਸਾਡਾ ਬੱਚਾ ਜੇ ਉੱਥੇ ਨਹੀਂ ਹੈਗਾ ਤਾਂ ਮੈਂ ਕਹਿੰਦਾ ਹੁਣ ਤੂੰ ਕੰਮ ਸਿੱਖ ਆਪਣਾ ਕੋਈ, ਅਤੇ ਉਹਦੇ ਤੋਂ ਬਾਅਦ ਹੁਣ ਬੱਚਾ ਠੀਕ ਹੈ। ਵੈਸੇ ਉਹਨੂੰ ਧਮਕੀਆਂ ਦਿੱਤੀਆਂ, ਕੋਈ ਗੱਲਬਾਤ ਦੱਸੀ ਉਹਨੇ ਤੁਹਾਨੂੰ? ਪਿੱਛੇ ਇੱਕ ਹਫ਼ਤਾ ਪਹਿਲਾਂ ਇਹਨਾਂ ਨੇ ਬੱਚੇ ਆਪਸ 'ਚ ਲੜੇ ਜੀ ਉਹਦੇ ਨਾਲ, ਉਹਦੇ ਲੜਾਈ ਦੇ ਨਾਲ ਉਹ ਇੱਕ ਹਨੀ ਨਾਮ ਦਾ ਸੀਗਾ ਕੋਈ, ਉਹ ਇਹਦਾ ਸਹਾਰਾ ਲੈ ਕੇ ਮਾਰ ਕੁੱਟ ਕੇ ਉਹ ਚਲਾ ਗਿਆ ਇਹਨੂੰ, ਗਿਰੀਸ਼ ਨੂੰ, ਅਤੇ ਬਾਅਦ 'ਚੋਂ ਗਿਰੀਸ਼ ਹਸਪਤਾਲ ਜਾ ਕੇ ਅਤੇ ਇਹਨੇ ਉੱਥੇ ਆਪਣੇ ਪ੍ਰਧਾਨ ਵਗੈਰਾ ਮੈਂਬਰ ਸਾਰੇ 7-8 ਜਣੇ ਇਕੱਠੇ ਕਰਕੇ, ਅਤੇ ਫਿਰ ਇਹ ਸਾਡਾ ਜਿਹੜਾ ਬੱਚਾ ਉਹਨੂੰ ਡਰਾਇਆ ਧਮਕਾਇਆ ਜੀ। ਉਹਨਾਂ ਦਾ ਜਿਹੜਾ ਇੱਕ ਕੋਈ ਪ੍ਰਧਾਨ ਆ ਉਹਨੇ ਚਪੇੜ ਵੀ ਮਾਰੀ, ਇਹਦੇ ਚਪੇੜ ਮਾਰ ਕੇ ਕਹਿੰਦਾ ਕਿ ਜੋ ਅਸੀਂ ਕਹਾਂਗੇ ਉਹੀ ਹੋਣਾ ਚਾਹੀਦਾ ਆ, ਅਤੇ ਆਹ ਲੈ ਇੱਥੇ ਚੱਕ ਕੋਰੇ ਕਾਗਜ਼, ਇੱਥੇ ਸੈਨ ਕਰ, ਅੰਗੂਠਾ ਲਾ,
ਇਹਦੇ ਕੋਲੋਂ ਕੋਰੇ ਕਾਗਜ਼ 'ਤੇ ਸਾਈਨ ਕਰਾ ਲਏ, ਅੰਗੂਠਾ ਲਗਾ ਲਿਆ ਅਤੇ ਬੱਚੇ ਦੇ ਚਪੇੜ ਮਾਰ ਕੇ ਅਤੇ ਕਹਿੰਦੇ ਅਸੀਂ ਜੋ ਚਾਹਵਾਂਗੇ ਉਹੀ ਹੋਊਗਾ, ਤੇਰੇ ਕਿ ਨਹੀਂ ਕਿਸੇ ਨੇ ਮੰਨਣੀ। ਸਰ ਕੀ ਮਾਮਲਾ ਹੈ, ਇਹ ਜੋ ਵੀਡੀਓ ਇੱਕ ਕਥਾਤਿਕ ਵੀਡੀਓ ਸਾਹਮਣੇ ਆਈ ਹੈ, ਕੀ ਪੂਰਾ ਮਾਮਲਾ? ਇਹ ਮੇਰੇ ਧਿਆਨ ਮੇਂ ਵੀ ਆਜ ਆਈ ਹੈ ਕਿ ਇੱਕ ਵੀਡੀਓ ਜੋ ਹੈ ਸਰਕੂਲੇਟ ਹੋ ਰਹੀ ਹੈ, ਵਾਇਰਲ ਹੋ ਰਹੀ ਹੈ, ਜਿਸਮੇਂ ਇੱਕ ਲੜਕੇ ਕੇ ਸਾਥ ਇੱਕ ਆਦਮੀ ਹੈ ਵੋ ਜੋ ਗਲਤ ਕਾਮ ਕਰ ਰਹਾ ਹੈ, ਬਦਫੈਲੀ ਕਰ ਰਹਾ ਹੈ, ਔਰ ਰੂਮ ਕੋ ਦੇਖਣੇ ਸੇ ਪਤਾ ਚਲਤਾ ਹੈ ਕਿ ਯੇ ਕਿਸੀ ਹੋਟਲ ਕਾ ਰੂਮ ਹੈ, ਔਰ ਹਮਨੇ ਉਨਕੋ ਆਇਡੈਂਟੀਫਾਈ ਕਰ ਲਿਆ ਹੈ। ਆਇਡੈਂਟੀਫਾਈ ਕਰਨੇ ਕੇ ਬਾਅਦ ਹਮ ਜੋ ਹੈ ਵਿਕਟਿਮ ਔਰ ਉਨਕੇ ਜੋ ਰਿਲੇਟਿਵਸ ਹੈ, ਉਨਕੇ ਪੇਰੈਂਟਸ ਹੈ, ਉਨਕੇ ਸਾਥ ਤਾਲਮੇਲ ਕਰਕੇ ਔਰ ਦੋਸ਼ੀ ਕੇ ਬਾਰੇ ਮੇਂ ਔਰ ਯੇ ਕਬ ਹੁਆ ਕਹਾਂ ਹੁਆ ਸਾਰੀ ਪੂਰੀ ਇਨਫੋਰਮੇਸ਼ਨ ਗੈਦਰ ਕਰਨੇ ਕੇ ਬਾਅਦ ਕਾਨੂੰਨ ਕੇ ਮੁਤਾਬਕ ਜੋ ਵੀ ਸਖਤ ਸੇ ਸਖਤ ਕਾਰਵਾਈ ਬਣਤੀ ਹੈ ਵੋ ਅਮਲ ਮੇਂ ਲਾਈ ਜਾਏਗੀ। ਇਹ ਵੀਡੀਓ ਕਬ ਕੀ ਬਣੀ ਹੋਈ ਹੈ? ਯੇ ਅਭੀ ਇਤਨੀ ਜਲਦੀ ਕਹਿਣਾ ਸੰਭਵ ਨਹੀਂ ਹੈ ਮੇਰੇ ਲਈ, ਕਿਉਂਕਿ ਯੇ ਇਸਕੇ ਬਾਰੇ ਮੇਂ ਅਭੀ ਪਤਾ ਕਰਨਾ ਹੈ ਕਿ ਯੇ ਵੀਡੀਓ ਕਿਤਨੀ ਪੁਰਾਣੀ ਹੈ, ਇਸਕੇ ਬਾਰੇ ਮੇਂ ਅਭੀ ਮੈਂ ਆਪਕੋ ਨਹੀਂ ਬਤਾ ਸਕਤਾ ਹੂੰ ਕਿ ਉਹ ਕਿਤਨੀ ਪੁਰਾਣੀ ਹੈ, ਇਸਕੇ ਬਾਰੇ ਪਤਾ ਕਰਨਾ ਪੜੇਗਾ। ਔਰ ਜਿਸਸੇ ਦੁਸ਼ਕਰਮ ਹੋਇਆ ਵੋ ਨਾਬਾਲਿਗ ਹੈ? ਹਾਂ, ਜਿਸਸੇ ਦੁਸ਼ਕਰਮ ਹੋਇਆ ਵੋ ਨਾਬਾਲਿਗ ਹੈ। ਆਪਕੀ ਤਰਫ ਸੇ ਕਿਆ ਅਭੀ ਆਗੇ ਕਾਰਵਾਈ ਕੀ ਜਾ ਰਹੀ ਹੈ? ਅਭੀ ਹਮ ਇਸਕੇ ਉੱਪਰ ਜੋ ਹੈ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕਰੇਂਗੇ, ਔਰ ਜਬ ਵੀ ਇਸ ਤਰ੍ਹਾਂ ਕਾ ਕ੍ਰਾਈਮ ਹੋਤਾ ਹੈ ਇੱਕ ਪੇਰੈਂਟਸ ਕਾ ਔਰ ਜੋ ਵੀ ਬੱਚਾ ਉਹ ਜਿਸਕੀ ਕਸਟਡੀ ਮੇਂ ਹੈ ਉਨਕਾ ਫਰਜ਼ ਬਣਤਾ ਹੈ ਕਿ ਇਮੀਡੀਏਟਲੀ ਪ੍ਰਸ਼ਾਸਨ ਕੋ ਇਸਕੀ ਇਤਲਾਹ ਕਰੇ ਔਰ ਹਮ ਉਨਕੋ ਉਨਸੇ ਕੰਸਲਟ ਕਰ ਲਿਆ, ਉਨਕੋ ਉਨਕੋ ਬੁਲਾ ਲਿਆ ਹੈ ਔਰ ਉਨਸੇ ਕੰਪਲੇਂਟ ਦੇ ਕੇ ਹਮ ਅਗਲੀ ਕਾਰਵਾਈ ਜੋ ਹੈ ਕਾਨੂੰਨ ਕੇ ਮੁਤਾਬਕ ਜੋ ਵੀ ਕਾਰਵਾਈ ਹੈ।